ਸਤ ਸ੍ਰੀ ਅਕਾਲ ਸੋ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਲਦੀਪ ਪਰਮਰ ਹਾਜ਼ਰ ਹਾਂ ਇੱਕ ਬਹੁਤ ਸੀਰੀਅਸ ਖਬਰ ਲੈ ਕੇ ਮੇਰੇ ਕੋ ਦੋਸਤਾਂ ਨੇ ਅਸਰੇ ਤੇ ਮੇਰਾ ਧਿਆਨ ਉਸ ਇੱਕ ਰਿਪੋਰਟਰ ਦੀ ਐਪੀਸੋਡ ਵੀਡੀਓ ਵਰ ਦੁਆਇਆ ਜਿੱਤੇ ਉਹਨੇ ਬਹੁਤ ਵੱਡਾ ਖੁਲਾਸਾ ਕੀਤਾ ਹੈ ਕਿ ਅਮਰਸਰ ਦੇ ਜ਼ਿਲ੍ਹੇ ਦੇ ਨੇੜੇ ਅਦਨਾਲਾ ਪੁਲਿਸ ਸਟੇਸ਼ਨ ਜੋ ਪਿਛਲੇ ਦੋ ਤਾਈ ਸਾਲਾਂ ਤੋਂ ਸੁਰਖੀਆਂ ਤੇ ਰਹੇ ਹਨ ਅੜੜਕਾਰ ਨਾ ਕਰਕੇ ਖਾਸ ਤੌਰ ਤੇ ਖਡੂਰ ਸਾਹਿਬ ਤੋਂ ਚੜ੍ਹੇ ਗਏ ਪੰਥਕ ਮੀਰਵਾਰ ਅਮਰਪਾਲ ਸਿੰਘ ਖਾਲਸਾ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਹੋਰ ਜ਼ਿਆਦਾ ਸੁਰਖੀਆਂ ਤੇ ਆਇਆ ਪੌਂਟ ਬੈਕਗ੍ਰਾਉਂਡ ਤੇ ਨਹੀਂ ਜਾਵਾਂਗੇ ਗੱਲ ਕਰਾਂਗੇ ਉਸ ਖਾਬਲ ਦੀ ਜਿਹੜੀ ਇਹ ਪੰਜਾਬ ਦੇ ਨਾਮੀ ਗ੍ਰਾਮੀ ਪੱਤਰਕਾਰ ਨੇ ਚਲਾਈ ਜਿਹਦਾ ਇਹ ਵੀ ਦਾਵਾ ਹੈ ਕਿ ਉਸਨੇ ਤਿੰਨ ਵੱਡੀਆਂ ਕੰਨਾਂ ਪੰਜਾਬ ਵਿੱਚ ਖੜੀਆਂ ਕੀਤੀਆਂ ਆਮ ਫਤਰਕਾਰਾਂ ਨੂੰ ਪੱਤਰਕਾਰਤਾ ਸਿਖਾਈ ਨਵੇਂ ਮਾਫਦਾਨ ਰੱਖੇ ਪੱਤਰਤਕਾਰੀ ਦੇ ਇਹ ਕਨੇ ਮੇਰੇ ਇਸ ਪੱਤਰਕਾਰ ਮਿੱਤਰ ਦਾ ਮੈਂ ਨਾਂ ਨਹੀਂ ਲਾਣਾ ਚਾਹੁੰਦਾ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਇੱਕ ਐਪੀਸੋਡ ਬਣਾਇਆ ਕੱਲ ਜਿਹਦੇ ਇਸ ਗੱਲ ਦਾ ਦਾਵਾ ਕੀਤਾ ਇਹ ਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਜੋ ਆਰਡੀਐਕਸ ਦੋ ਨੌਜਵਾਨਾਂ ਵੱਲੋਂ ਰੱਖਿਆ ਗਿਆ ਜਿਹਦਾ ਮਕਸਦ ਉਸ ਪੁਲਿਸ ਸਟੇਸ਼ਨ ਨੂੰ ਉਡਾਉਣਾ ਸੀ ਪੁਲਿਸ ਕਰਮੀਆਂ ਦੀ ਜਾਨ ਨੂੰ ਖਤਰੇ 'ਚ ਪਾਉਣਾ ਸੀ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਮੈਂ ਵੀ ਮੰਨਦਾ ਤੇ ਮੇਰੇ ਇਸ ਪੱਤਰਕਾਰ ਮਿੱਤਰ ਨੇ ਵੀ ਮੰਨਿਆ ਕਿ ਬਹੁਤ ਵੱਡਾ ਹਾਦਸਾ ਹੋ ਸਕਦਾ ਪਰ ਜਿਹੜੀ ਸਭ ਤੋਂ ਵੱਡੀ ਗੈਰਹੀਲੀ ਇਕ ਗੈਰ ਜ਼ਿੰਮੇਦਾਰਾਨਾ ਪੱਤਰਕਾਰਤਾ ਇਸ ਪੱਤਰਕਾਰ ਨੇ ਕੀਤੀ ਆ ਮੇਰਾ ਇਸ਼ਾਰਾ ਉਦੇਵਲ ਹੈ ਜਦੋਂ ਕੋਈ ਇਹੋ ਜੀ ਸੀਰੀਅਸ ਖਬਰ ਜਾਂ ਇਨਫਰਮੇਸ਼ਨ ਕਿਤੇ ਪੱਤਰਕਾਰ ਨੂੰ ਕਿਤੇ ਸੂਤਰ ਤੋਂ ਵੀ ਮਿਲੇ ਸੈਕੰਡ ਹੈਂਡ ਹੋਵੇ ਫਸਟ ਹੈਂਡ ਹੋਵੇ ਕਮਾਫਰਾ ਕੇ ਕਿਤੇ ਖਬਰ ਆਈ ਹੋਵੇ ਇਹੋ ਜੀ ਸੀਰੀਅਸ ਖਬਰ ਦੀ ਖਬਰ ਸਭ ਤੋਂ ਪਹਿਲਾਂ ਲੋਕਲ ਪੁਲਿਸ ਨੂੰ ਜਾਂ ਪੁਲਿਸ ਹੈਡਕ quarter ਨੂੰ ਦੇਣੀ ਮੰਦੀ ਹੈ ਇਹ ਪੱਤਰਕਾਰਤਾ ਦਾ ਪਹਿਲਾ ਅਸੂਲ ਹੈ ਅਗਰ ਤੁਸੀਂ ਆਪਣੇ ਆਪ ਨੂੰ ਲਾ ਬਾਇਡਿੰਗ ਸਿਟੀਜ਼ਨ ਮੰਨਦੇ ਹੋ ਕਾਨੂੰਨ ਦੇ ਰਖਵਾਲੇ ਮੰਨਦੇ ਹੋ ਅਮਨ ਕਾਨੂੰਨ ਦੀ ਵਿਵਸਥਾ ਚਾਹੁੰਦੇ ਹੋ ਇਮਾਨਦਾਰੀ ਦੀ ਪੱਤਰਕਾਰਤਾ ਕਰਨ ਦਾ ਦਾਵਾ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹੋ ਜੀ ਸੂਖਮ ਸੂਚਨਾ ਪਲੀਜ਼ ਹੈਡ ਕੁਆਟਰ ਨੂੰ ਦੇਣੀ ਬਣਦੀ ਹੈ ਕੰਟਰੋਲ ਰੂਮ ਜਿਹਨੂੰ ਆਪਾਂ ਕਹਿ ਦਿੰਨੇ ਆ ਤੁਹਾਡੇ ਕੋਲੇ ਕਿਦਰਾ ਨੰਬਰ ਹੋਵੇ ਨਾ ਹੋਵੇ ਆਹਾਂ ਕਿ ਇਹੋ ਜੇ ਵੱਡੇ ਪੱਤਰਕਾਰਾਂ ਕੋਲੇ ਵੱਡੇ ਪੁਲਿਸ ਅਫਸਰਾਂ ਦੇ ਨੰਬਰ ਵੀ ਹੁੰਦੇ ਆ ਪਰ ਫੇਰ ਵੀ ਸਭ ਤੋਂ ਪਹਿਲਾਂ ਕੰਟਰੋਲ ਰੂਮ ਨੂੰ ਖਬਰ ਦੇਣੀ ਬਣਦੀ ਔਰ ਕੰਟਰੋਲ ਰੂਮ ਤੋਂ ਉਹ ਖਬਰ ਪੂਰੇ ਰਾਜ ਵਿੱਚ ਤਲੀ ਜਾਂਦੀਆਂ ਮੈਂਟੈਂਸ ਕਿੰਤਾਂ ਲੇਕਿਨ ਇੱਥੇ ਤਾਂ ਬੜੀ ਪਿੰਪੁਆਇੰਟਡ ਖਬਰ ਸੀ रिपोर्टर ਦਾ ਦਾਵਾ ਹੈ ਕਿ ਰਾਤ ਦੇ ਪੌਣੇ 11 ਵਜੇ ਉਹਨਾਂ ਨੂੰ ਬਾਹਰ ਵੇਹੜੇ 'ਚ ਬੈਠੇ ਇੱਕ ਵੱਡੇ ਗੈਂਗਸਟਰ ਹੈਪੀ ਪਾਛੀਆਂ ਦਾ ਫੋਨ ਆਉਂਦਾ ਔਰ ਫੋਨ ਤੇ ਹੈਪੀ ਪਾਛੀਆਂ ਖੁਦ ਦੱਸਦਾ ਹੈ ਕਿ ਅਸੀਂ ਅੰਮ੍ਰਿਤਸਰ ਦੇ ਫਲਾਣੇ ਇਲਾਕੇ ਵਿੱਚ ਮੰਦ ਧਮਾਕਾ ਕਰਨ ਜਾ ਰਹੇ ਹਾਂ ਅਸੀਂ ਆਪਣਾ ਸਮਾਨ ਉਹ ਤੇ ਲਗਾ ਦਿੱਤਾ। আর ਕੁਝ ਹੀ देर ਤੋਂ ਬਾਅਦ ਇੱਕ ਵੱਡਾ tMapa ka ਹੋਏਗਾ ਤੁਹਾਨੂੰ ਮੈਂ ਦੱਸ ਰਿਹਾ। ਦੋਤੋ ਇੱਕ ਕ੍ਰਿਮੀਨਲ ਇੱਕ ਸੀਨੀਅਰ ਪੱਤਰਕਾਰ ਫੋਨ ਕਰਕੇ ਵਿਦੇਸ਼ 'ਚ ਬੈਠਾ। ਇਸ ਤਰ੍ਹਾਂ ਕੇ ਖਬਰ ਦਿੰਦਾ ਕਿ ਉਹ ਰਿਪੋਰਟਰ ਉਹਨਾਂ ਦਾ ਖਾਸ ਯਕੀਨ ਵਾਲਾ ਬੰਦਾ ਹੁੰਦਾ। ਅੱਗੇ ਵੀ ਕਈ ਵੀ ਨਹੀਂ ਕਰਨਾ ਹੋਈਆਂ ਨਹੀਂ ਤਾਂ ਕੋਈ ਬੰਦਾ ਇਹੋ ਜੀ ਸੀਰੀਅਸ ਖਬਰ ਕਿਸੇ ਨੂੰ ਦਿੰਦਾ। ਨਾ ਤੁਹਾਨੂੰ ਇਹ ਕਲਦਾ ਹੰਦਾ ਤਾਂ ਹੁਣ ਆ ਪਾਚੀਆਂ ਨੂੰ ਗੈਂਟਰ ਨੂੰ ਕਿ ਇਹ ਰਿਪੋਰਟਰ ਨੂੰ ਇਹ ਇਨਫਰਮੇਸ਼ਨ ਦੇਣ ਦਾ ਮਤਲਬ ਇਹ ਆ ਕਿ ਇਹ ਪੁਲਿਸ ਨੂੰ ਨਹੀਂ ਦੱਸੇਗਾ ਇਹ ਸੈਲਫਿਸ਼ ਕਿਸਮ ਦੀ ਮਤਲਬੀ ਰਿਪੋਰਟਿੰਗ ਕਰੇਗਾ ਇਹ ਇੰਤਜ਼ਾਰ ਕਰੇਗਾ ਬੰਬ ਫਟਣ ਦੀ ਲੋਕਾਂ ਦੇ ਮਰਨ ਦੀ ਉਸ ਤੋਂ ਬਾਅਦ ਆਪਣੀ ਰਿਪੋਰਟ ਨੂੰ ਵੇਚੇਗਾ ਉਹਦਾ ਸੌਦਾ ਕਰੇਗਾ ਦੁਕਾਨਦਾਰੀਆਂ ਨੂੰ ਕਈ ਅੱਜਕੱਲ੍ਹ ਤੇਹਲਾਂ ਚੱਲ ਰਹੀਆਂ ਇਹ ਗੱਲ ਦਾ ਯਕੀਨ ਉਸ ਗੈਂਕਟਰ ਨੇ ਜ਼ਰੂਰ ਹੋਇਆ ਘੋਈ ਕਾਮ ਰਿਪੋਰਟਰ ਨੇ ਕੀਤਾ ਗੈਂ ਆਪਣੇ ਮੂੰਹ ਆਪਣੀ ਰਿਪੋਰਟ ਇਹ ਰਿਪੋਰਟਰ ਇਹ ਇਕਬਾਲੀਆ ਬਿਆਨ ਦੇ ਰਿਹਾ ਮੰਨ ਰਿਹਾ ਕਿ ਮੈਨੂੰ ਉਸ ਗੈਂਕਟਰ ਦਾ ਫੋਨ ਆਇਆ ਔਰ ਮੈਂ ਉਸ ਖਬਰ ਦੀ ਇਤਲਾਕ ਸੇ ਪੁਲਿਸ ਵਾਲੇ ਨੂੰ ਨਹੀਂ ਦਿੱਤੀ ਬਲਕੇ ਇਹ ਆਪਣੇ ਦੂਜੇ ਸੋਰਸ ਤੋਂ ਕਨਫਰਮ ਕਰਦਾ ਰਿਹਾ ਕਿ ਕਿਤੇ ਧਮਾਕਾ ਹੋ ਗਿਆ ਕਿਤੇ ਬੰਦੇ ਮਰੇ ਇੱਕ ਘੰਟਾ ਰਿਪੋਰਟਰ ਸਾਹਿਬ ਆਪਣੇ ਸੂਤਰਾਂ ਤੋਂ ਇਨਫੋਰਮੇਸ਼ਨ ਮੰਗਦੇ ਰਹੇ ਕਿ ਜੀ ਧਮਾਕਾ ਹੋਣ ਵਾਲਾ ਸੀ ਹੋ ਗਿਆ ਕਿ ਨਹੀਂ ਬੜੀ ਸ਼ਰਮ ਦੀ ਗੱਲ ਹੈ ਇਹ ਉਹਦੀ ਖਬਰ ਲੋਕਾਂ ਦੀ ਜਾਨ ਬਚਾਉਣ ਲਈ ਕਰਨੀ ਚਾਹੀਦੀ ਆ ਨਾ ਕਿ ਇਸ ਗੱਲ ਦੀ ਉਡੀਕ ਕਰਨ ਤੇ ਕਿ ਕਿਤੇ ਲਾਸ਼ਾਂ ਦਾ ਢੇਰ ਲੱਗਿਆ ਹੋਵੇ ਤੇ ਮੈਂ ਉਦੋਂ ਉਹਦੀ ਰਿਪੋਰਟਿੰਗ ਕਰਾਂ ਇਹ ਬੜਾ ਸੀਰੀਅਸ ਅਲੀਗੇਸ਼ਨ ਮੈਂ ਆਊਟਰ ਰਿਪੋਰਟਰ ਤੇ ਲਾ ਰਿਹਾ ਤੇ ਨਾਲ ਦੀ ਨਾਲ ਮੈਂ ਪੰਜਾਬ ਪੁਲਿਸ ਤੇ ਵੀ ਇਹ ਅਲੀਗੇਸ਼ਨ ਲਾ ਰਿਹਾ ਕਿ ਜਦੋਂ ਇਹ ਗੱਲ ਦਾ ਖੁਲਾਸਾ ਹੋ ਗਿਆ ਆਨ ਰਿਕਾਰਡ ਹੋ ਗਿਆ ਕਿ ਇਸ ਹੋਣ ਵਾਲੇ ਧਮਾਕੇ ਦੀ ਵਾਰਤਾ ਦਾ ਫਾਰਦਾ ਦੀ ਕਬਰ ਇਹ ਪੱਤਰਕਾਰ ਕੋਲੇ ਪਹਿਲਾਂ ਤੋਂ ਸੀ ਉਹਨੇ ਇਹ ਪੁਲਿਸ ਨੂੰ ਇਨਫੋਰਮ ਕਿਉਂ ਨਹੀਂ ਕੀਤਾ ਜਨਕਿਓ ਪੱਤਰਕਾਰ ਦਾਵਾ ਕਰਦਾ ਹੈ ਕਿ ਉਹ ਬਹੁਤ سارے ਵੱਡੇ ਪੁਲਿਸ ਅਫਸਰਾਂ ਦਾ ਖਾਸ ਹੈ ਜਾਂ ਉਹ ਅਫਸਰ ਦੇ ਖਾਸ ਨੇ ਬੜੀ ਵਾਰੀ ਕਲੇਮ ਕੀਤਾ ਕਿ ਅਸੀਂ ਇੱਕ ਦੂਜੇ ਦੇ ਟੱਚ ਥਾ ਇਨਫਰਮੇਸ਼ਨ ਦਾ ਆਦਾਨ ਪ੍ਰਦਾਨ ਕਰਦੇ ਹਾਂ ਮਤਲਬ ਪੁਲਿਸ ਵਾਲੇ ਪੱਤਰਕਾਰ ਨੂੰ ਇਨਫਰਮੇਸ਼ਨ ਦਿੰਦੇ ਆ ਤੇ ਪੱਤਰਕਾਰ ਪੁਲਿਸ ਵਾਲਿਆਂ ਨੂੰ ਇਨਫਰਮੇਸ਼ਨ ਦਿੰਦਾ ਹੈ ਲੇਕਿਨ ਆ ਇੰਨੀ ਵੱਡੀ ਇਨਫਰਮੇਸ਼ਨ ਪੁਲਿਸ ਨੂੰ ਕਿਉਂ ਲੁਕੋਈ ਗਈ ਇੱਕ ਕ੍ਰਿਮੀਨਲ ਐਲੀਮੈਂਟ ਹੈ ਵਿੱਚ ਕ੍ਰਿਮੀਨਲ ਮੈਂਟੈਲਿਟੀ ਹੈ ਗੈਂਗਸਟਰਾਂ ਦੀ ਵੀ ਤੇ ਉਹਦੇ ਪੱਤਰਕਾਰਾਂ ਦੀ ਵੀ ਇਸ ਇਵਿਡੈਂਸ ਤੋਂ ਬਾਅਦ ਪੁਲਿਸ ਨੂੰ ਹੁਣ ਤੱਕ ਇਸ ਪੱਤਰਕਾਰ ਦੇ ਖਿਲਾਫ ਪੜਚਾਅ ਦਰਜ ਕਰਨਾ ਚਾਹੀਦਾ ਸੀ ਇੱਕ ਵਾਈਟਲ ਇਨਫਰਮੇਸ਼ਨ ਸਰਕਾਰੀ ਆਧਾਰਿਆਂ ਤੋਂ ਦੂਰ ਕਿਉਂ ਰੱਖੀ ਗਈ ਉਹਨੂੰ ਆਪਣੇ ਮਤਲਬ ਲਈ ਇਸਤੇਮਾਲ ਕਰਨ ਦੀ ਸਾਰਜਿ ਸਿਉ ਕਿਉ ਨਾ ਚੀ ਗਈ ਕਿਉ ਨਹੀਂ ਇਹ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਇਹ ਤਾਂ ਸ਼ੁਕਰ ਕਰੋ ਕਿ ਤਮਾਕਾ ਹੋਇਆ ਨਹੀਂ ਜੇ ਉਹ ਹੋ ਜਾਂਦਾ ਉਤੇ ਪੁਲਿਸ ਵਾਲੇ ਮਰਦੇ ਜਾਂ ਸਿਵਿਲਿਅਨ ਮਰਦੇ ਜਾਨ ਸਾਰਿਆਂ ਦੀ ਕੋ ਜੀ ਹੁੰਦੀ ਮੌਤ ਨਾ ਫਲੀਸ ਦੇਖਦੀ ਹੈ ਨਾ ਆਮ ਜਨਤਾ ਦੇਖਦੀ ਹੈ ਅਗਰ ਕੁਝ ਹੋ ਜਾਂਦਾ ਉਦੀ ਜ਼ਿੰਮੇਵਾਰੀ ਕਿਸ ਦੀ ਸੀ ਜੇ ਸੇ ਰਿਪੋਰਟਰ ਤੇ ਸੀ ਹੁਣ ਨਹੀਂ ਹੋਇਆ ਪਾਮੀ ਜ਼ਿੰਮੇਵਾਰੀ ਉਤੇ ਪੱਤਰਕਾਰ ਦੀ ਹੈ ਜਿਹਦੇ ਤੇ ਐਕਸ਼ਨ ਹੋਣਾ ਬਣਦਾ ਹੈ ਮੈਂ ਆਪਣੇ ਕੁਝ ਪੁਲਿਸ ਅਫਸਰਾਂ ਨਾਲੇ ਗੱਲ ਕੀਤੀ ਉਹ ਇਸ ਗੱਲ ਨਾਲ ਸਹਿਮਤ ਹੋਏ ਕਿ ਕ੍ਰਿਮੀਨਲ ਨੈਗਲੀਜੈਂਸ ਹੈ ਇੱਕ ਕਾਨੂੰਨੀ ਤੌਰ ਤੇ ਕੀਤੀ ਗਈ ਅਣਗਹਿਲੀ ਹੈ ਜਿਹਦਾ ਪਰਚਾ ਬਣਦਾ ਹੈ ਹੁਣ ਪਤਾ ਨਹੀਂ ਪੁਲਿਸ ਐਕਟ ਲੈਂਦੀ ਨਹੀਂ ਲੈਂਦੀ ਪਰ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹਦਾ ਸੀ ਤੇ ਰੋਸ ਤੋਂ ਹੁਣ ਆਪਾਂ ਬਾਕੀ ਦੀਆਂ ਗੱਲਾਂ ਤੇ ਇੱਕ ਇੱਕ ਕਰਕੇ ਵਿਚਾਰ ਕਰਦੇ ਆ ਕਿ ਪੱਤਰਕਾਰ ਸਾਹਮਣੇ ਕੀ ਕੀ ਦਾਅਵੇ ਕੀਤੇ ਉਹ ਆਪਣੇ ਅਫੀਸਰਾਂ ਤੱਕੇ ਕੀਤੇ ਬਾਅਦ ਕੀਤੇ ਹੋ ਉਹਨਾਂ ਦੀ ਮਰਜ਼ੀ ਪਰ ਅਸੀਂ ਜੋ ਗੱਲਾਂ ਨੋਟ ਕੀਤੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਉਹਨਾਂ ਨੇ ਇੱਕ ਦਾਅਵਾ ਇਹ ਵੀ ਕੀਤਾ ਕਿ ਜਦੋਂ ਇੱਕ ਕੰਟਾ ਸਵਾ ਕੰਟਾ ਹੋ ਗਿਆ ਕੋਈ ਤੁਮਾਕਾ ਹੋਇਆ ਨਹੀਂ ਪੱਤਰਕਾਰ ਸਾਹਿਬ ਦੀ ਖਬਰ ਬਣੀ ਨਹੀਂ ਇਹਨਾਂ ਨੇ ਵਾਪਸ ਉਸ ਗੈਂਗਸਟਰ ਨੂੰ ਫੋਨ ਕੀਤਾ ਕਿ ਯਾਰ ਤੁਸੀਂ ਤਾਂ ਕਹਿੰਦੇ ਸੀ ਤੁਹਾਕਾ ਹੋਣਾ ਇਹ ਤਾਂ ਹੋਇਆ ਕਿਉਂ ਨਹੀਂ ਕਮਾਲ ਹੈ ਇਹ ਦੂਸਰੀ ਨਗਲੀਦੰ ਜਦੋਂ ਉਹ ਕੇਨਾਂ ਨੂੰ ਉਦੋਂ ਵੀ ਜਦੋਂ ਦੂਸਰੀ ਵਾਰ ਇਹ ਸੋਚ ਸਕਦੇ ਹੈ ਕਿ ਮੈਂ ਉਸ ਗੈਂਗਸਟਰ ਨੂੰ ਇਹ ਪੁੱਛਾਂ ਕਿ ਤੁਹਾਕਾ ਹੋਇਆ ਕਿਉਂ ਨਹੀਂ ਪਰ ਉਹਨੇ ਕਿਹਾ ਕਿ ਉਹ ਹੋ ਜਾਗਾ ਜੀ ਇਹ ਅਦਨਾਰਾ ਪੁਲਿਸ ਸਟੇਸ਼ਨ ਤੇ ਅਸੀਂ ਰੱਖਿਆ ਉੱਥੇ ਤੁਮਾਕਾ ਹੋਣਾ ਇਹ ਪત્રਕਾਰ ਸਾਹਿਬ ਖੁਦ ਮੰਨਦੇ ਆ ਕਿ ਉਹਨਾਂ ਨੂੰ ਇਹ ਗੱਲ ਦਾ ਗਿਆਨ ਸੀ ਕਿ ਇਹ ਹਮਲਾ ਅਜਨਾਲਾ ਠਾਣੇ ਤੇ ਹੋਣਾ ਸੀ ਜਦੋਂ ਤੁਹਾਨੂੰ ਇਨਾ ਪਿੰਨ ਪੁਆਇੰਟ ਪਤਾ ਲੱਗਿਆ ਉਹਨੂੰ ਕਟੋਕੜ ਪੁਲਿਸ ਨੂੰ ਦੱਸਿਆ ਜਾ ਸਕਦਾ ਕਿ ਤੁਹਾਡਾ ਪੁਲਿਸ ਸਟੇਸ਼ਨ ਨਿਸ਼ਾਨੇ ਤੇ ਹੈ ਇਹ ਕੋਈ ਵੇਗ ਸਟੇਟਮੈਂਟ ਨਹੀਂ ਸੀ ਪਿੰਨ ਪੁਆਇੰਟਡ ਇਨਫੋਰਮੇਸ਼ਨ ਸੀ ਜਿਹੜੀ ਪੁਲਿਸ ਵਾਲਿਆਂ ਦੇ ਕੰਮ ਆ ਸਕਦੀ ਸੀ ਔਰ ਪੁਲਿਸ ਨੂੰ ਇਹ ਗੱਲ ਦਾ ਯਕੀਨ ਵੀ ਹੋ ਜਾਣਾ ਸੀ ਕਿਉਂਕਿ ਤੁਸੀਂ ਨਾਮੀ ਗ੍ਰਾਮੀਏ ਪੱਤਰਕਾਰوں ਤੁਸੀਂ ਕਹਿਣਾ ਕਿ ਸੀਜੀ ਨੂੰ ਮੈਨੂੰ ਡਾਇਰੈਕਟ ਗੈਂਗਸਟਰ ਨੇ ਦੱਸਿਆ ਹੈ ਇਹ ਫ্রম ਦਾ ਹੌਸਟਲ ਮਾਊਥ ਸਿੱਧੀ ਗੱਲ ਸਿੱਧੀ ਆਈ ਔਰ ਜਦੋਂ ਗੈਂਗਸਟਰ ਨੇ ਦੁਬਾਰਾ ਕਨਫਰਮ ਕਰਤਾ ਕਿ ਪੁਲਿਸ ਤੇ ਤਾਂ ਨਿਸ਼ਾਨਾ ਹੈ ਉਹਨੂੰ ਇੱਕ ਖਬਰ ਛੁਪਾਉਣੀ ਦੂਤਰਾ ਵੱਡਾ ਕ੍ਰਿਮੀਨਲ ਐਕਟ ਹੈ 1 ਘੰਟੇ ਸਵਾ ਘੰਟੇ ਪત્રਕਾਰ ਸਾਹਮਣੇ ਦੋ ਵੱਡੀਆਂ ਗਲਤੀਆਂ ਕੀਤੀਆਂ ਅਗਲੀ ਗੱਲ ਪੱਤਰਕਾਰ ਸਾਹਮਣੇ ਕਹਿੰਦੇ ਕਿ 800 850 ਗ੍ਰਾਮ ਆਰਡੀਐਕਸ ਫੜੀ ਗਈ ਦੋ ਨੇ ਕਿਹਾ ਕਿ ਉਹਨਾਂ ਦੀ ਇਨਫਰਮੇਸ਼ਨ ਦੇ ਮੁਤਾਬਕ 2.5 ਕਿਲੋ ਹਣੀ 2.5 ਦੀ ਸੀ ਇਹਦਾ ਮਤਲਬ ਉਸ ਗੈਂਗਸਟਰ ਨੇ ਐਪੀ ਪਾਛੀਆਂ ਨੇ ਇਨ ਅਨੁਸਾਰ ਦੱਸਿਆ ਹੋਏ ਕਿ ਅਸੀਂ 2 250 ਕਿਲੋ 2 25 ਕਿਲੋ ਆਰ ਡੀ ਐਕਸ ਦਾ ਇਸਤੇਮਾਲ ਕਰ ਰਹੇ ਹਾਂ ਲੇਕਿਨ ਪੱਤਰਕਾਰ ਸਾਹਿਬ ਨੂੰ ਹੈਰਾਨੀ ਹੋਈ ਜਦੋਂ ਅਗਲੇ ਦਿਨ ਪੁਲਿਸ ਨੇ ਕਿਹਾ ਕਿ 850 850 ਗ੍ਰਾਮ ਆਰ ਡੀ ਐਕਸ ਦਾ ਹਾਲਾਂਕਿ 850 ਗ੍ਰਾਮ ਆਰ ਡੀ ਐਕਸ ਵੀ ਕੋਈ ਘੱਟ ਨਹੀਂ ਹੁੰਦਾ ਬੜਾ ਖਤਰਨਾਕ ਘਾਤਕ ਇਹ ਵਿਸਫੋਟਕ ਸਮਗਰੀ ਪત્રਕਾਰ ਸਾਹਿਬ ਕੁੜੇ 2.5 ਕਿਲੋ ਦੀ ਇਨਫੋਰਮੇਸ਼ਨ ਕਿੱਥੋਂ ਆਈ ਇਸ ਗੱਲ ਦਾ ਖਲਾਸਾ ਵੀ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਕੇ ਕਰਨਾ ਚਾਹੀਦਾ ਅਗਲੀ ਗੱਲ ਇੱਕ ਹੋਰ ਬੜੀ ਪਤੇ ਦੀ ਦੱਸਦੇ ਕਿ ਜਦੋਂ ਉਤਨੀ ਹੋਇਆ ਕੋਈ ਤਮਾਖਾ ਨਹੀਂ ਹੋਇਆ ਪੱਤਰਕਾਰ ਸਾਹਿਬ ਬਹਾਨਾ ਲਉਂਦੇ ਨੇ ਕਿ ਅਧੀ ਰਾਤ ਨੂੰ ਪੁਲਿਸ ਅਫਸਰਾਂ ਨੂੰ ਤੰਗ ਕਰਨਾ ਸਹੀ ਨਹੀਂ ਸੀ ਉਹ ਯਾਰ ਤੁਸੀਂ ਉਹਨਾਂ ਦੀ ਜਾਨ ਬਚਾਉਣ ਲਈ ਤਾਂ ਕਰ ਰਹੇ ਹੋ ਉਹਨਾਂ ਨੂੰ ਕੋਈ ਪੈਸੇ ਮੰਗਣ ਲਈ ਤਾਂ ਥੋੜੀ ਕਰ ਰਹੇ ਹੋ ਤੁਸੀਂ ਕਿਸੇ ਦੀ ਜਾਨ ਬਚਾਉਣ ਦੀ ਖਬਰ ਦੇ ਰਹੇ ਹੋ ਅੱਧੀ ਰਾਤ ਹੋਵੇ ਪੌਣੀ ਰਾਤ ਹੋਵੇ ਇਹ ਕੰਮ ਬਾਹਰ ਨਾ ਹੋਇਆ ਫਿਰ ਕਹਿੰਦੇ ਜੀ ਜਦੋਂ ਕੋਈ ਤਮਾਕਾ ਹੋਇਆ ਨਹੀਂ ਮੈਂ ਸੌਂ ਗਿਆ ਕਮਾਲ ਹੈ ਫੰਜਾ ਹਫਤੇ ਇੱਕ ਥਾਣੇ ਦੇ ਬਾਹਰ ਆਲਡੀ ਐਕਸ ਰੱਖਿਆ ਹੋਇਆ ਕਦੇ ਵੀ ਰਿਪੋਰਟ ਹੋ ਸਕਦਾ ਔਰ ਤੁਸੀਂ ਸੌਂ ਗਏ ਨੂੰ ਨੀਂਦ ਆ ਗਈ ਕਾਦੀ ਰਿਪੋਰਟਿੰਗ ਹੈ ਇਨਾ ਟਿਰਵੀ ਤੁਨੂੰ ਦਿਮਾਗ ਚ ਨਹੀਂ ਆਇਆ ਕਿ ਯਾਰ ਕੁਝ ਹੋਇਆ ਨਹੀਂ ਆ ਪੁਲਿਸ ਵਾਲਿਆਂ ਨੂੰ ਦੱਸੀ ਨਿਆ ਕਿ ਸ਼ਾਇਦ ਉਹਨਾਂ ਟਾਈਮਿੰਗ ਹੋਰ ਆਇਆ ਹੋਊਗਾ ਰਿਪੋਰਟਾਂ ਨੂੰ ਫੋਨ ਕਰ ਰਹੇ ਆਪਣੇ ਸੂਤਰਾਂ ਨੂੰ ਪੁੱਛ ਰਹੇ ਲੇਕਿਨ ਪੁਲਿਸ ਨੂੰ ਨਹੀਂ ਦੱਸ ਰਹੇ ਕਮਾਲ ਯਾਰ ਕਹਿੰਦੇ ਜੀ ਮੈਂ ਸਵੇਰੇ 9:00 ਵਜੇ ਉੱਠਿਆ ਫੇਰ ਪਤਾ ਕੀਤਾ ਕਿ ਤੁਮਾਕਾ ਹੋਇਆ ਕਿ ਨਹੀਂ ਹੋਇਆ ਫੇਰ ਕਹਿੰਦੇ ਤੁਹਾਨੂੰ ਸੀਸੀਟੀਵੀ ਫੁਟੇਜ ਮਿਲ ਗਈ ਪੇਰਾ ਤੇ ਖਬਰ ਤੇਲਾ ਆਤੀ ਕਮਾਲ ਔਰ ਕਹਿੰਦੇ ਹੁਣ ਅੱਗੇ ਡਿਫੈਂਡ ਕਰਦੇ ਆ ਗੈਂਗਸਟਰ ਕਿ ਉਹ ਬੰਬ ਧਮਾਕਾ ਹੋਇਆ ਕਿਉਂ ਨਹੀਂ ਉਹ ਕਹਿੰਦੇ ਸ਼ਾਇਦ ਇਸ ਕਰਕੇ ਨਹੀਂ ਹੋਇਆ ਕਿ ਉਹ ਗੈਂਗਸਟਰ ਜਿਹੜੇ ਸੀ ਦੋ ਉਹਦੇ ਮੁੰਡੇ ਜਿਹੜੇ ਭੇਜੇ ਸੀ ਮੋਟਰਸਾਈਕਲ ਤੇ ਆਰਡੀ ਐਕਸਪਲੀਟ ठाਣੇ ਤੇ ਬਾਹਰ ਰੱਖਣ ਲਈ ਉਹਨਾਂ ਨੂੰ ਸ਼ਾਇਦ ਬਰਾਬਰ ਟ੍ਰੇਨਿੰਗ ਨਹੀਂ ਸੀ ਦਿੱਤੀ ਗਈ ਉਹਨਾਂ ਨੂੰ ਡੈਟ੍ਰੋਨੇਟ ਕਰਨਾ ਨਹੀਂ ਆਇਆ ਉਹ ਜਿਹੜਾ ਨਾਲ ਉਹਨਾਂ ਨੇ ਪੁਰਜ਼ਾ ਲਾਉਣਾ ਸੀ ਜਿਹਦੇ ਨਾਲ ਬਲਾਸਟ ਹੋਣਾ ਸੀ ਉਹ ਬਰਾਬਰ ਜੋੜਨਾ ਨਹੀਂ ਆਇਆ ਉਹਨਾਂ ਤੇ ਇਹਨਾਂ ਨੂੰ ਬਰਾਬਰ ਕਹਿੰਦੇ ਟ੍ਰੇਨਿੰਗ ਮਿਲਣੀ ਚਾਹੀਦੀ ਹੈ ਕਮਾਲ ਹੈ ਯਾਰ ਤੁਸੀਂ ਤੁਹਾਨੂੰ ਤਾਂ ਖੰਡਨ ਕਰਨਾ ਚਾਹੀਦਾ ਇਹ ਜਿੰਨੀਆਂ ਗੱਲਾਂ ਦਾ ਕਿ ਜਿਹੜੇ ਲੋਕ ਆਰਡੀਆ ਖਲਾਕੇ ਭਾਵੇਂ ਪੁਲਿਸ ਹੋਵੇ ਸਿਵਿਲਿਅਨ ਹੋਣ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਉਹਨਾਂ ਨੂੰ ਡਿਫੈਲਟ ਕਰ ਰਹੇ ਹੋ ਕਿ ਇਹ ਜਿਹੜੇ ਨੇ ਇਹ ਟ੍ਰੇਨਿੰਗ ਦੇ ਬਰਾਬਰ ਇਹਨਾਂ ਨੂੰ ਬਰਾਬਰ ਟ੍ਰੇਨਿੰਗ ਮਿਲਣੀ ਚਾਹੀਦੀ ਹੈ ਮਤਲਬ ਇਹ ਟ੍ਰੇਨ ਉਹ ਜਾਣਦੇ ਲੋਕਾਂ ਨੇ ਇਸ ਤੋਂ ਉਡਾਉਂਦੇ ਨਾ ਉਹਨੂੰ ਸਿੱਧਾ ਘਰ ਲਈ ਤੁਸੀਂ ਹੋਰ ਬਾਹਰ ਨਾਲ ਆਉਨੇ ਹੋ ਕਿ ਜੀ ਉਹ ਇੰਟੈਲੀਜੈਂਸ ਹੈ ਰਿਕੁਆਟਰ ਤੇ ਵੀ ਉਹ ਜਿਹੜਾ ਗਰਨੇਲ ਮਾਰਿਆ ਸੀ ਉਹ ਵੀ ਨਹੀਂ ਚੱਲਿਆ ਫੇਰ ਤੁਸੀਂ ਇਹਨਾਂ ਨੂੰ ਖਤਰਨਾਕ ਦੱਸਣ ਲਈ ਇਹ ਕਹਿੰਦੇ ਹੋ ਕਿ ਇੱਕ ਪੁਰਾਣੇ ਰਿਟਾਇਰਡ ਐਸਐਸਪੀ ਦੇ ਕਰੇ ਚੰਡੀਗੜ੍ਹ ਇਨਾਂ ਨੇ ਇੱਕ ਬੰਬਲਾਤ ਕੀਤਾ ਸੀ ਇਹ ਦੱਸਣੋਂ ਪੁੱਛਿਆ ਕਿ ਉਹ ਐਸਐਸਪੀ ਸਾਹਿਬ ਉਸ ਕੰਮ ਤੇ ਰਹਿਦੇ ਹੀ ਨਹੀਂ ਸੀ ਜਿਹੜੀ ਕੋਠੇ 'ਚ ਬਲਾਤ ਕੀਤਾ ਕਿ ਉਹਨਾਂ ਦੀ ਕੋਠੀ ਆ ਹੀ ਨਹੀਂ ਸੀ ਉਹ ਤਾਂ ਕੋਠੀ ਕਿਤੇ ਹੋਰ ਦੀ ਆ ਤੇ ਜਿਹੜੇ ਉਹ ਜੇ ਗੈਂਗਸਟਰ ਇਹੋ ਜਿਹੇ ਨਾਦਾਨ ਹਰਕਤਾ ਕਰਦੇ ਆ ਉਹਨਾਂ ਦੀਆਂ ਗੱਲਾਂ ਮੰਨ ਕੇ ਤੁਸੀਂ ਖਬਰਾਂ ਬਣਾਈ ਦਿੰਦੇ ਹੋ ਪੁਲਿਸ ਨੂੰ ਦੱਸਦੇ ਨਹੀਂ ਇਹ ਬਹੁਤ ਅਹਿਮ ਮਾਮਲਾ ਹੈ ਔਰ ਪੁਲਿਸ ਲਈ ਇੱਕ ਤੰਤਾ ਦਾ ਵਿਸ਼ਾ ਹੋਣਾ ਚਾਹੀਦਾ ਕਿ ਜਿਹੜੇ ਸੋ ਕਾਲ ਪੱਤਰਕਾਰ ਇਹ ਉਹਨੀਆਂ ਖਬਰਾਂ ਗੈਂਗਸਟਰਾਂ ਨਾਲ ਬਿਲਕੇ ਬਣਾਉਂਦੇ ਚਲਾਉਂਦੇ ਆ ਇਹ ਬੰਦਾਰਾ ਬੰਦ ਹੋਣਾ ਚਾਹੀਦਾ ਮੈਂ ਤੁਹਾਨੂੰ ਪਤਾ ਬਹੁਤ ਵਾਰੀ ਦੱਸ ਚੁੱਕਾ ਕਿ ਮੈਂ ਕਦੇ ਕਿਸੇ ਗੈਂਗਸਟਰ ਦੀ ਇੰਟਰਵਿਊ ਨਹੀਂ ਕਰਦਾ ਮੈਂ ਵੀ ਆਪਣੀ ਚਾਲ ਰੂਹ ਹਿੱਤ ਸਾਲਾਂ ਦਾ ਗੈਂਗਸਟਰਾਂ ਦੀ ਇੰਟਰਵਿਊ ਕਰਕੇ ਸਾਰੇ ਮੈਨੂੰ ਜਾਣਦੇ ਵੀ ਆ ਸਾਰਿਆਂ ਕੋਲੇ ਮੇਰੇ ਨੰਬਰ ਵੀ ਆ ਮੈਨੂੰ ਫੋਨ ਕਰਦੇ ਵੀ ਆ ਪਰ ਮੈਂ ਇੰਟਰਵਿਊ ਨਹੀਂ ਕਰਦਾ ਹਰ ਗੇ ਕਦੇ ਕੋਈ ਐਸੀ ਗੱਲ ਕਰ ਮੈਂ ਉਹਨੂੰ ਕਹਿ ਦਿੰਨਾ ਭਰਾਵਾ ਤੂੰ ਮੈਨੂੰ ਦੱਸ ਰਿਹਾ ਜੇ ਮੈਂ ਕਾਬਲ ਚਲਾਤੀ ਪੁਲਿਸ ਵਾਲੇ ਨੇ 13 ਨੰਬਰ ਮੇ ਤੁ ਮੰਗਣਾ ਮੈਂ ਦੇ ਦੇਣਾ ਮੈਂ ਨਾ ਨਹੀਂ ਕਰਨੀ ਉਹ ਵੀ ਗਾਂਦੇ ਨਹੀਂ ਪਰ ਕੋਈ ਨਹੀਂ ਅਸੀਂ ਤਾਂ ਤੁਹਾਨੂੰ ਵੈਸੀ ਫੋਨ ਕੀਤਾ ਸੋ ਇਹ ਇੱਕ ਮਾਫਦੰਦ ਬਣਾਉਣਾ ਚਾਹੀਦਾ ਤੁਸੀਂ ਡਾਕਟਰਾਂ ਨੂੰ ਪ੍ਰੋਮੋਟ ਕਰੀ ਜਾਂਦੇ ਹੋ ਇੱਕ ਪਾਸੇ ਦੂਜੇ ਪਾਸੇ ਕਹੀ ਜਾਂਦੇ ਹੋ ਕਿ ਪੁਲਿਸਤਾਨ ਦੀ ਢਾਲ ਨੂੰ ਘਾਤਰਾ ਇਹ ਤੁਸੀਂ ਅਜਨਡਾ ਕੋਈ ਹੋਰ ਖੇਡ ਰਹੇ ਹੋ ਜਿਹਨੂੰ ਲੋਕ ਚੰਗੇ ਤਾਂ ਸਮਝਦੇ ਆ ਮੈਂ ਉਹ ਕਮੈਂਟ ਵੀ ਪੜੇ ਉਸ ਪੱਤਰਕਾਰ ਸਾਹਿਬ ਦੇ ਪ੍ਰੋਗਰਾਮ ਦੇ ਥੱਲੇ ਜਿੱਤੇ ਲੋਕਾਂ ਨੇ ਸਾਫ ਸ਼ਬਦਾਂ ਚ ਕਿਹਾ ਕਿ ਤੁਸੀਂ ਕੀ ਕਰ ਰਹੇ ਹੋ ਆਪਣੇ ਘੱਟੋ ਘੱਟ ਤੁਹਾਨੂੰ ਸੁਣਨ ਵਾਲੇ ਬੰਦੇ ਉਹਨਾਂ ਦੇ ਕਮੈਂਟ ਪੜ ਲਿਆ ਕਰੋ ਤੁਹਾਨੂੰ ਪਤਾ ਲੱਗੂ ਫਿਰ ਇੱਕ ਅਫਸਰ ਆ ਨਾਲਿਆ ਉਹ ਕਹਿੰਦੇ ਜੀ ਪਹਿਲਾਂ ਐਸਐਸਪੀ ਸੀ ਗਈ ਅੰਮ੍ਰਿਤਪਾਲ ਸਿੰਘ ਨਾਲ ਉਹਨਾਂ ਦੀ ਤੂੰ ਤੂੰ ਮੈਂ ਮੈਂ ਉਹੀ ਸੀ ਉਦੋਂ ਆਦਮ ਬਰ ਪਾਲ ਸਿੰਘ ਤੇ ਹੰਦੇਸੇ ਵੀ ਲੱਗਿਆ ਉਹ ਹੀ ਜਿਹੜੇ ਐਸਪੀ ਸਾਹਿਬ ਨੂੰ ਡੀਆਈਆਈ ਬਣ ਗਏ ਨਹੀਂ ਉਹਨਾਂ ਦਾ ਨਾਮ ਲਿਆ ਇਹ ਇਹਨਾਂ ਮਤਲਬ ਇਹ ਸੀ ਕਿ ਇਹ ਘਤਰਾ ਜਿਹੜਾ ਇਹ ਬੇਤੀ ਕਲੀ ਉਸ ਡੀਆਈਆਈ ਸਾਹਮਣੂ ਨਾ ਉਹਨਾਂ ਨੂੰ ਬਦਨਾਮ ਕਰਨ ਲਈ ਇਹੋ ਜੇ ਕੰਮ ਕੀਤੇ ਨਾਲੇ ਕਿ ਉਹਨਾਂ ਦੀ ਰੇਂਜ ਚਾਉਂਦੇ ਪੁਲਿਸ ਟੇਸ਼ਨਾਂ ਤੇ ਹਮਲੇ ਹੋਣ ਪੁਲਿਸ ਵਾਲੇ ਮਰਨ ਤੇ ਉਤੋਂ ਇਹਨਾਂ ਨੂੰ ਕੱਢਿਆ ਜਾਊਗਾ ਜਿੱਥੋਂ نکالਨਾ ਨਹੀਂ ਚਾਹੁੰਦੇ ਤਾਂ ਪੱਤਰਕਾਰ ਸਾਹਿਬ ਕਹਿੰਦੇ ਨਾ ਕਿਤੇ ਉਸ ਡੀਆਈਜੀ ਸਾਹਿਬ ਦੀ ਹਮਾਇਤ ਚੁੱਤਰ ਦੇ ਨਜ਼ਰ ਆ ਰਹੇ ਕੀ ਸਾਰੀ ਖਬਰ ਉਹ ਡੀਆਈਜੀ ਸਾਹਿਬ ਨੇ ਪੱਤਰਕਾਰ ਨੂੰ ਦਿੱਤੀ ਜੇ ਇਹ ਪੂਰਾ ਮਸਲਾ ਪੁਲਿਸ ਨੂੰ ਨਾ ਪਤਾ ਹੁੰਦਾ ਤੇ ਪਟਨਾ ਜਿਹੜੀ ਸਵੇਰੇ 9 ਵਜੇ ਪੁਲਿਸ ਨੂੰ ਪਤਾ ਲੱਗਦੀ ਆ ਉਹ ਪਤਨਕਾਰ ਨੂੰ ਕਿੰਨੇ ਘੰਟੇ ਪਹਿਲਾਂ ਪਤ ਲੱਗੀ ਅਗਲੀ ਗੱਲ ਸਭ ਤੋਂ ਆਖਰੀ ਗੱਲ ਵੀ ਹੋ ਸਕਦੀ ਹੈ ਅਗਰ ਪੁਲਿਸ ਸਟੇਸ਼ਨ 'ਤੇ ਸੀਸੀਟੀਵੀ ਕੈਮਰਾ ਲੱਗੇ ਹੋਏ ਆ ਬਾਹਰ ਵੀ ਲੱਗੇ ਹੋਏ ਆ ਸੜਕਾਂ 'ਤੇ ਵੀ ਲੱਗੇ ਹੋਏ ਆ ਉਹਨਾਂ ਦਾ ਕੰਟਰੋਲ ਪੁਲਿਸ ਸਟੇਸ਼ਨ ਦੇ ਅੰਦਰ ਹੈ ਤੇ ਜੇ ਫੌਲਟ ਨੂੰ 11 ਘੰਟੇ 10 ਘੰਟੇ ਇਹ ਨਹੀਂ ਪਤਾ ਲੱਗਿਆ ਕਿ ਉਹਨਾਂ ਦੇ ਪੁਲਿਸ ਸਟੇਸ਼ਨ ਦੇ ਬਾਹਰ ਕੋਈ ਲੋਗ ਆਏ ਕੋਚਲਾ ਕੇ ਗਏ ਮਤਲਬ ਪੁਲਿਸ ਸਟੇਸ਼ਨ ਵਾਲੇ ਆਪਣਾ ਸੀਸੀਟੀਵੀ ਸਿਸਟਮ ਮੋਨਿਟਰ ਹੀ ਨਹੀਂ ਕਰਦੇ ਕਿ ਰਾਤ ਨੂੰ ਉਹ ਵੀ ਸੌ ਜਾਂਦੇ ਆ ਪੱਤਰਕਾਰਾਂ ਸਾਹਮਣੇ ਕਿ ਸਭ ਠੀਕ ਠਾਕ ਹੈ ਮਾਹੌਲ ਠੀਕ ਆ ਸਾਜੋ ਉਹ ਯਾਰ ਜੇ ਤੁਸੀਂ ਸੀਸੀਟੀਵੀ ਮੋਨਿਟਰ ਹੀ ਨਹੀਂ ਕਰਨਾ ਤੇ ਮੈਂ ਲਾਉਣ ਦਾ ਫਾਇਦਾ ਕੀ ਆ ਸਾਡੇ ਸਾਹਮਣੇ ਜਿਹੜੇ ਬੰਦੇ ਦੀ ਪੁਲਿਸ ਸਟੇਸ਼ਨ ਚ ਇਹ ਰਿਸਪੌਂਸਿਬਿਲਟੀ ਹੋਵੇ ਕਿ ਉਹਨੇ ਸੀਸੀਟੀਵੀ ਕੈਮਰਾ ਮੈਨੇਜ ਕਰਨੇ ਉਸ ਬੰਦੇ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਮੈਂ ਫੇਰ ਕਹਨਾ ਕਿ ਸ਼ੁਕਰ ਉਹ ਬੰਦੇ ਨੇ ਆਣੇ ਨਿਕਲੇ ਬਲਾਸ ਨਹੀਂ ਹੋਇਆ ਰਖੜ ਵਾਲੇ ਲੇਕਿਨ ਅਗਰ ਹੋ ਜਾਂਦਾ ਗਲਤੀ ਕੀਤੀ ਸੀ ਪੱਤਰਕਾਰ ਸਾਹਿਬ ਦੀ ਗਲਤੀ ਤੋਂ ਬਾਅਦ ਦੂਸਰੀ ਵੱਡੀ ਗਲਤੀ ਪੁਲਿਸ ਸਟੇਸ਼ਨ ਦੇ ਉਸ ਮੁਲਾਜ਼ਮ ਦੀ ਹੈ ਜਿਨੇ ਇਹ ਮੋਨੀਟਰ ਨਹੀਂ ਕੀਤਾ ਅਗਰ ਪੁਲਿਸ ਵਾਲੇ ਆਪਣੀ ਜਿਹੜੀ ਏਰੀਆ ਹੁੰਦਾ ਦਾ ਹੈ ਆਪਣਾ ਜਿਹੜਾ ਉਹਨਾਂ ਦੀ ਪੈਰੀ ਫੇਰੀ ਹੈ ਵਰਕ ਸਟੇਸ਼ਨ ਹੈ ਉਹਦੀ ਰਖਵਾਲੀ ਨਹੀਂ ਕਰ ਸਕਦੇ ਤੇ ਬਾਕੀ ਸਮਾਜ ਦੀ ਰਖਵਾਲੀ ਪੁਲਿਸ ਕੀ ਕਰੇਗੀ ਸਾਹਿਬ ਇਥੇ ਕਰਕੇ ਰੋਜ਼ ਇਹ ਉਹਨੀਆਂ ਘਟਨਾਵਾਂ ਹੋ ਰਹੀਆਂ ਚੋਰੀ ਦੀਆਂ ਲੋਟ ਦੀਆਂ ਚਕਾਰੀ ਦੀਆਂ ਵਾਲੀਆਂ ਲਾਉਣ ਦੀਆਂ ਤਿੰਨਾਂ ਜਨਾਨੀਆਂ ਨਹੀਂ ਖੋਣ ਦੀਆਂ ਪਰਸ ਖੋਣ ਦੀਆਂ ਘਰਾਂ ਤੇ ਬਾਹਰ ਪਾਇਰਿੰਗ ਦੀਆਂ ਫਲੌਤੀਆਂ ਦੀਆਂ ਇਸ ਕਰਕੇ ਸੇ ਕਰਕੇ ਹੋ ਰਹੀਆਂ ਕਿ ਪੁਲਿਸ ਆਪਣੀ ਡਿਊਟੀ ਬਰਾਬਰ ਕਰ ਨਹੀਂ ਰਹੀ ਐ ਦਾ ਗਰਾਊਂਡ ਲੈਵਲ ਜਿਹੜੇ ਆਪਣਾ ਕੈਮਰਾ ਮੈਨੇਜ ਨਹੀਂ ਕਰ ਸਕਦੇ ਸੀ ਸੀਸੀਟੀਵੀ ਕੈਮਰਾ ਉਹ ਸਮਾਜ ਨੂੰ ਕੀ ਮਾਨੇਜ ਕਰਨਗੇ ਇਹ ਸਭ ਆਪਸੀ ਅਨੰਦਸ਼ਾ ਇੱਕ ਦੂਜੇ ਨੂੰ ਨੀਮਾ ਦਿਖਾਉਣਾ ਆਪਣੇ ਆਪ ਨੂੰ ਉੱਚਾ ਰੱਖਣਾ ਇਹ ਬੜਾ ਸਾਰਾ ਪੁਲਿਸ ਦੇ ਅੰਦਰਲੇ ਕਲੇਸ਼ ਚੱਲ ਰਿਹਾ ਤੀਨੇ ਰੱਬ ਸਰਾ ਆਪਣੀ ਮਨ ਮਰਜ਼ੀ ਦੀਆਂ ਪੋਸਟਾਂ ਲੈਣੀਆਂ ਖਰੀਦਣੀਆਂ ਮੈਨੇਜ ਕਰਨੀਆਂ ਇਹ ਬਹੁਤ ਵੱਡਾ ਕਾਣ ਹੋ ਰਿਹਾ ਪੰਜਾਬ ਪੁਲਿਸ ਦਾ ਹੋਰ ਪੋਲੀਟੀਕਲ ਲੀਡਰਸ਼ਿਪ ਜਿਹੜੀ ਆ ਉਹ ਬੇਬਸ ਹੋਈ ਬੈਠੀ ਉਹਨਾਂ ਦੀ ਕੁਝਾਂ ਕੋਈ ਸੁਣਦਾ ਨਹੀਂ ਜਾਂ ਉਹਨਾਂ ਨੂੰ ਸੁਣ ਨਹੀਂ ਆਉਦੀ ਉਹਨਾਂ ਲਈ ਆਪਣਾ ਪੋਲੀਟਿਕਸ ਦਾ ਲੋਅ ਹੈ ਬੱਤ ਸਿਸਟਮ ਕਿਧਰ ਨੂੰ ਜਾ ਰਿਹਾ ਲਾ ਰਡਰ ਕਿਧਰ ਨੂੰ ਜਾ ਰਿਹਾ ਸਮਾਜ ਦੀ ਹਾਲਤ ਕੀ ਹੈ ਇਹਦੇ ਬਾਰੇ ਕੋਈ ਸੋਚਦਾ ਨਹੀਂ ਸਰੋਤੋਂ ਅੰਤ ਤੱਕ ਅਸੀਂ ਪੰਜਾਬ ਦੇ ਡਾਕਟਰਾਂ ਨੂੰ ਲੋ ਪਲੀਜ਼ ਉਹਨਾਂ ਨੂੰ ਰਿਕੁਐਸਟ ਕਰਾਂਗੇ ਬੇਨਤੀ ਕਰਾਂਗੇ ਕਿ ਇਸ ਮਾਮਲੇ ਨੂੰ ਸੇਰੇ ਇਸ ਲਈ ਲਿਆ ਜਾਵੇ ਜਿਹੜੇ ਜਿਹੜੇ ਲੋਕਾਂ ਦੀ ਅਣਗਹਿਲੀ ਹੋਈ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਕੁਤਾਹੀ ਕੀਤੀ ਹੈ ਉਹਨਾਂ ਤੇ ਐਕਸ਼ਨ ਬਣਦਾ ਹੈ ਤੇ ਹੋਣਾ ਚਾਹੀਦਾ ਉਹ ਭਾਵੇਂ ਪੱਤਰਕਾਰ ਹੋਵੇ ਭਾਵੇਂ ਪੁਲਿਸ ਕਰਮੀ ਹੋਵੇ ਜਾਂ ਹੋਰ ਕੋਈ ਸ਼ਹਿਰੀ ਹੋਵੇ ਇਹਦਾ ਗੈਂਗਸਟਰ ਨਿਯਮ ਇਹ ਸਾਰਿਆਂ ਤੇ ਚੱਲਦੇ ਹੋਏ ਸਮਾਜ ਨੂੰ ਖਾਤਰੇ ਤੇ ਪਾਉਂਦੇ ਇਹ ਸਭ ਤੋਂ ਅਹਿਮ ਰੋਲ ਹੈ ਜਿਹਨੂੰ ਕਹਿੰਦੇ ਸੁਪਰਵੀਜ਼ਨ ਡੀਟੀਪੀ ਦੀ ਅਗਰ ਹੁਣ ਵੀ ਡੀਟੀਪੀ ਕੋ ਕੰਮ ਨਹੀਂ ਕਰਦੇ ਕੋਈ ਐਕਸ਼ਨ ਨਹੀਂ ਲੈਂਦੇ ਇਹਦਾ ਮੈਸੇਜ ਬਹੁਤ ਗਲਤ ਜਾਏਗਾ ਪੁਲਿਸ ਫੋਰਸ ਵਿੱਚ ਵੀ ਸਮਾਜ ਵਿੱਚ ਵੀ ਸੋ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ